ਸੇਖਤ ਜਨਨ ਦਾ ਅਧਿਨ ਕਰਦਿਆ ਹੋਇਆ ਉਸ ਤੇ ਵਿਚਾਰ ਕਰਦਿਆ ਹੋਇਆ ਕਿਉਂਕਿ ਵਿਚਾਰ ਬਹੁਤ ਜ਼ਰੂਰੀ ਹੈ ਜੇ ਅਸੀਂ ਅਧਿਨ ਵੀ ਕਰਦੇ ਆ ਪਾਠ ਵੀ ਕਰਦੇ ਆ ਤੇ ਵਿਚਾਰ ਵੀ ਕਰਦੇ ਆ ਫਿਰ ਤਾਂ ਕੁਝ ਹਾਸਲ ਹੋ ਸਕਦਾ ਹੈ ਜੇ ਅਸੀਂ ਵਿਚਾਰ ਨਹੀਂ ਕਰਦੇ ਰਟਨ ਕਰੀ ਜਾਂਦੇ ਆ ਤੇ ਸਾਸੀਂ ਇੱਕ ਵਹਿਮ ਨੂੰ ਪਾਲ ਰਹੇ ਹੁੰਨੇ ਆ ਕਿ ਅਸੀਂ ਅਗਲਾ ਜਨਮ ਸਵਾਰ ਰਹੇ ਆ ਇਹ ਵਹਿ ਮੋਹ ਜਿ ਵਹਿ ਮੈਂ ਜਿਹੇ ਜਿਹਾ ਵਹਿ ਮੈਂ ਪਹਿਲਾਂ ਬ੍ਰਾਹਮਣ ਲੋਕ ਪਾਲ ਦੇਸੀ ਅਸਲ ਵਿੱਚ ਸਿੱਖ ਚਿੰਤਨ ਜੀਵਨ ਦਾ ਚਿੰਤਨ ਹੈ ਅਮਲ ਦਾ ਚਿੰਤਨ ਹੈ ਜ਼ਿੰਦਗੀ ਨੂੰ ਸਵੱਛ ਤੇ ਖੂਬਸੂਰਤ ਬਣਾਉਣ ਦਾ ਚਿੰਤਨ ਹੈ ਉਸ ਨੂੰ ਖੂਬਸੂਰਤ ਬਣਾਉਣ ਲਈ ਸਾਨੂੰ ਉਸ ਜਿੱਲਣ ਵਿੱਚੋਂ ਨਿਕਲਣਾ ਪਊਗਾ ਜਿਸ ਜਿੱਲਣ ਦੇ ਵਿੱਚ ਅਸੀਂ ਬ੍ਰਾਹਮਣਵਾਦੀ ਵੈਲਿਊ ਸਿਸਟਮ ਦੀ ਨਕਲ ਕਰਦੇ ਹੋਇਆ ਪੂਜਾ ਤੱਕ ਸੀਮਤ ਹੋ ਗਏ ਆ ਜਾਂ ਗੁਰੂ ਸਾਹਿਬਾਨ ਦੀਆਂ ਹਸਤੀਆਂ ਜਿਹੜੀਆਂ ਨੇ ਉਹਨਾਂ ਨੂੰ ਗੁਰਬਾਣੀ ਦੇ ਸ਼ੀਸ਼ੇ ਵਿੱਚੋਂ ਵੇਖਣ ਦੀ ਥਾਂ ਸੰਕਲਪ ਦੇ ਸ਼ੀਸ਼ੇ ਵਿੱਚੋਂ ਵੇਖਣ ਦੀ ਥਾਂ ਉਹਨਾਂ ਦੇ ਸਿਧਾਂਤ ਨੂੰ ਵੇਖਣ ਦੀ ਥਾਂ ਉਹਨਾਂ ਨੂੰ ਸਮਝਣ ਦੀ ਥਾਂ ਉਹਨਾਂ ਦੇ ਨਾਲ ਅੰਦਰੋਂ ਜੁੜਨ ਦੇ ਥਾਂ ਜੇ ਅਸੀਂ ਬਾਹਰ-ਬਾਹਰ ਤੁਰੇ ਫਿਰਦੇ ਆ ਤਾਂ ਬਾਹਰ ਹੀ ਰਹਾਂਗੇ ਇਸ ਕਰਕੇ ਦੂਜਿਆਂ ਦੇ ਕਿੰਤੂ ਪਰੰਤੂ ਕਰਨ ਦੀ ਨਾਲ-ਨਾਲ ਸਾਨੂੰ ਇਹ ਵੀ ਵਿਚਾਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਵਿਚਾਰਤਾ ਨਾਲ ਜੁੜਦੇ ਹਾਂ ਜਿਹੜਾ ਮੋਸਟ ਸਾਇੰਟਿਫਿਕ ਚਿੰਤਨਾ ਜਿਹਦੇ ਅੰਦਰ ਪ੍ਰਮਾਤਮਾ ਦੀ ਮਹਾਸ਼ਕਤੀ ਦਾ ਜੋ ਸਰੂਪ ਹੈ ਉਹ ਵੀ ਸਾਇੰਸ ਦੇ ਨੇੜੇ ਤੇੜੇ ਚੱਲਿਆ ਜਾਂਦਾ ਹੈ ਗੁਰੂ ਸਾਹਿਬ ਨੇ ਅਕਾਲ ਪੁਰਖ ਵੱਲੋਂ ਸਿਰਜੀ ਗਈ ਕਾਇਨਾਤ ਕਾਇਨਾਤ ਸਿਰਜੀ ਦੀ ਸ੍ਰਿਸ਼ਟੀ ਦੀ ਜਦੋਂ ਗੱਲ ਕੀਤੀ ਹੈ ਤਾਂ ਜਰਾ ਸਮਝਣ ਦੀ ਲੋੜ ਆ ਬਹੁਤ ਮਗਰੋਂ ਆ ਕੇ ਸਾਇੰਸਦਾਨਾਂ ਨੇ ਕੰਨ ਲੱਭੀਆਂ ਜਿਹੜੀਆਂ ਗੁਰੂ ਸਾਹਿਬ ਨੇ ਉਸ ਵੇਲੇ ਕਹਿਤੀਆਂ ਸਾਚੇ ਤੇ ਪਵਨਾ ਭਇਆ ਸਾਚੇ ਤੇ ਪਵਨਾ ਭਇਆ ਪਵਨਾ ਤੇ ਜਲ ਹੋਏ ਜਲ ਤੇ ਤ੍ਰਿ ਭਵਨ ਸਾਜਾ ਘਟ ਘਟ ਰਹਾ ਸਮੋਏ ਹੁਣ ਬਹੁਤ ਸਪਸ਼ਟ ਹੈ ਕਿ ਗੁਰੂ ਸਾਹਿਬ ਇਹ ਸਾਨੂੰ ਦੱਸ ਰਹੇ ਨੇ ਕਿ ਪੌਣ ਤੋਂ ਪਾਣੀ ਪਾਣੀ ਤੋਂ ਧਰਤੀ ਤੇ ਬਾਕੀ ਦੇ ਸਾਰੇ ਜਿਹੜੇ ਹਿੱਸੇ ਨੇ ਧਰਤੀ ਦੇ ਉਹ ਪੈਦਾ ਹੋਏ ਅਰੇ ਸਿਰਜੇ ਅਕਾਲ ਪੁਰਖ ਨੇ ਤੇ ਸਾਰੇ ਦੇ ਵਿੱਚ ਉਹ ਵਸਿਆ ਹੋਇਆ ਤੋਂ ਸਾਇੰਸ ਤੇ ਧਰਮ ਦਾ ਸੰਬੰਧ ਕੋਈ ਆਪਸ ਵਿੱਚ ਉਪਰਾਮਤਾ ਵਾਲਾ ਨਹੀਂ ਦੂਰੀ ਵਾਲਾ ਨਹੀਂ ਗੁਰੂ ਨਾਨਕ ਸਾਹਿਬ ਦੀ ਰਚਨਾ ਵਿੱਚ ਤਾਂ ਦਲੀਲ ਤਰਕ ਤੇ ਸਾਇੰਟੀਫਿਕ ਆਧਾਰ ਮੌਜੂਦ ਨੇ ਜਦੋਂ ਗੁਰੂ ਸਾਹਿਬ ਇਹ ਕਹਿੰਦੇ ਨੇ ਕਿ ਕੰਬ ਦੇ ਮੇਲੇ ਤੇ ਜੇ ਤੁਸੀਂ ਸੂਰਜ ਨੂੰ ਪਾਣੀ ਦੇ ਰਹੇ ਹੋ ਤੇ ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਚੈਲੰਜ ਕਰ ਰਹੇ ਨੇ ਜਦੋਂ ਗੁਰੂ ਸਾਹਿਬ ਮੱਕੇ ਜਾ ਕੇ ਇਹ ਕਹਿ ਰਹੇ ਨੇ ਕਿ ਜੇ ਤੁਸੀਂ ਇਹ ਕਹਿੰਦੇ ਹੋ ਕਿ ਸਿਰਫ ਕਾਬਾ ਪਛਮ ਵੱਲੀ ਹੈ ਖੁਦਾ ਦਾ ਘਰ ਪਛਮ ਵੱਰਲੀ ਹੈ ਖੁਦਾ ਦਾ ਘਰ ਤਾਂ ਸਾਰਾ ਸੰਸਾਰ ਹੈ ਖੁਦਾ ਅਕਾਲ ਪੁਰਖ ਅੱਲਾ ਗॉड ਇਹ ਸਾਰੇ ਇੱਕੋ ਸ਼ਕਤੀ ਦੇ ਨਾਂ ਨੇ ਉਹ ਕਿੱਥੇ ਨਹੀਂ ਉਹ ਹਰ ਥਾਂ ਤੇ ਮੌਜੂਦ ਹੈ ਹਰੇਕ ਮਨੋਖਰੇ ਹਿਰਦੇ ਵਿੱਚ ਮੌਜੂਦ ਹੈ ਤਾਂ ਫਿਰ ਤੁਸੀਂ ਇਹ ਕਹੋ ਕਿ ਫਲਾਣੀ ਦਿਸ਼ਾ ਵਾਲੀ ਪੂਜਾ ਕਰਨੀ ਹੈ ਕੋਈ ਧਰਮ ਕਹਿੰਦਾ ਪੱਛਮ ਵੱਲ ਪੂਜਾ ਕਰੋ ਕੋਈ ਕਹਿੰਦਾ ਪੂਰਬ ਵੱਲ ਕਰੋ ਕੋਈ ਕਹਿੰਦਾ ਉੱਤਰ ਵੱਲ ਕਰੋ ਕੋਈ ਦੱਖਣ ਵੱਲ ਕਰੋ ਲੇਕਿਨ ਗੁਰੂ ਸਾਹਿਬ ਜੀ ਸਾਰੀਆਂ ਦਿਸ਼ਾਵਾਂ ਇੱਕ ਨੇ ਸਾਰੀਆਂ ਦਿਸ਼ਾਵਾਂ ਪ੍ਰਮਾਤਮਾ ਦੀਆਂ ਸਰਜੀਆਂ ਹੋਈਆਂ ਨੇ ਸਾਰੀਆਂ ਧਰਤੀਆਂ ਉਸ ਦੀਆਂ ਸਰਜੀਆਂ ਹੋਈਆਂ ਨੇ ਸਾਰੇ ਸਾਰੇ ਬਨਸਪਤੀ ਸਾਰੇ ਰੁੱਖ ਪੱਤ ਸਭ ਕੁਝ ਉਹਨਾਂ ਨੇ ਸਿਰਜਨੇ ਤੋਂ ਗੁਰੂ ਸਾਹਿਬ ਨੇ ਜਿਹੜੀਆਂ ਪ੍ਰਪਾਰਟੀਆਂ ਪੂਜਾ ਦੀਆਂ ਚੱਲ ਰਹੀਆਂ ਸੀ ਉਸ ਵੇਲੇ ਉਹਨਾਂ ਨੂੰ ਰੱਦ ਕਰ ਲਈ ਕਿਉਂ ਸਾਰੂ ਪ੍ਰਪਾਰਟੀਆਂ ਦੇਣ ਦੀ ਕੋਸ਼ਿਸ਼ ਕੀਤੀ ਉਹ ਸਾਰੂ ਤਰੀਕਾ ਦੱਸਿਆ ਆਰਤੀ ਕੀਤੀ ਜਾਂਦੀ ਸੀ ਮੰਦਰਾਂ ਵਿੱਚ ਹੁਣ ਵੀ ਕੀਤੀ ਜਾਂਦੀ ਹੈ ਬੁੱਤਾਂ ਦੇ ਮੂਰੇ ਗੁਰੂ ਸਾਹਿਬ ਨੇ ਕਿਹਾ ਕੈਸੀ ਆਰਤੀ ਕਰ ਰਹੇ ਹੋ ਆਰਤੀ ਤਾਂ ਸਮੂੱਚੀ ਪ੍ਰਕਿਰਤੀ ਕਰ ਰਹੀ ਹੈ ਕਿਹਦੀ ਆਰਤੀ ਕਰ ਰਹੀ ਹੈ ਕਾਲਪੁਰਖ ਦੀ ਆਰਤੀ ਗਗਨ ਮੈਂ ਥਾਲ ਰਵਿ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾਜੰਤ ਪੇਰੀ ਦੇ ਕੈਸੀ ਅਸਚਰਜਤਾ ਵਾਲੀ ਆਰਤੀ ਹੋ ਰਹੀ ਹੈ ਅਸਮਾਨ ਆਕਾਸ਼ ਥਾਲ ਦੇ ਰੂਪ ਵਿੱਚ ਹੈ ਚੰਦ ਤੇ ਸੂਰਜ ਦੋ ਦੀਵੇ ਨੇ ਤਾਰੇ ਉਸ ਥਾਲ ਦੇ ਵਿੱਚ ਸਜੇ ਹੋਏ ਹੀਰੇ ਜਵਾਹਰਾਤ ਨੇ ਮੋਤੀ ਨੇ ਤੇ ਜਿਹੜੀ ਮਹਿਕਦਾਰ ਬਨਸਪਤੀ ਹੈ ਚੰਦਨ ਵਰਗੇ ਜਿਹੜੇ ਰੁੱਖ ਨੇ ਉਹਨਾਂ ਦੀ ਜੋ ਮਹਿਕ ਹੈ ਉਹ ਉਹ ਉਪਦਾ ਕੰਮ ਕਰ ਰਹੀ ਆ ਤੇ ਸਾਰੀ ਬਨਸਪਤੀ ਜੋ ਜੰਗਲਾਂ ਵਿੱਚ ਖੜੀ ਹੋਈ ਹੈ ਉਹ ਫੁੱਲਾਂ ਦਾ ਕੰਮ ਕਰ ਰਹੀ ਹੈ ਤੁਕੇ ਜਿਹੜਾ ਭਵ ਸਾਗਰ ਨੂੰ ਸਾਡੀਆਂ ਮੁਸ਼ਕਲ ਰਾਹਾਂ ਨੂੰ ਖੰਡਨ ਕਰਨ ਵਾਲੇ ਅਕਾਲ ਪੁਰਖ ਤੇਰੀ ਕੈਸੀ ਆਰਤੀ ਹੋ ਰਹੀ ਆ ਅਸਚਰਜਤਾ ਕੈਸੀ ਮਿਸ ਕੈਸੀ ਮਿਸਟਰੀ ਵਾਲੀ ਕੈਸੀ ਅਸਟਾਨਿਸ਼ਿੰਗ ਅਰਤੀ ਹੋ ਰਹੀ ਏ ਕਿਹਦਾ ਅਦਭੁਤ ਅਡੰਬਰ ਉਸ ਨੇ ਰਚਿਆ ਹੋਇਆ ਆਕਾਲ ਪੁਰਖ ਨੇ ਤਾਂ ਫਿਰ ਸਾਨੂੰ ਬਣਾਉਟੀ ਅਰਤੀ ਕਰਨ ਦੀ ਕੀ ਲੋੜ ਐ ਪੱਥਰ ਵਿੱਚੋਂ ਰੱਬ ਪਾਉਣ ਵਾਲੀਆਂ ਗੱਲਾਂ ਕਰਨ ਦੀ ਕੀ ਲੋੜ ਐ ਪੱਥਰ ਵਿੱਚੋਂ ਕਦੇ ਬੋਲ ਸਕਦਾ ਐ ਉਹ ਪੱਥਰ ਵਿੱਚੋਂ ਕੋਈ ਸੁਨੇਹਾ ਦੇ ਸਕਦਾ ਐ ਪੱਥਰ ਵਿੱਚੋਂ ਕੋਈ ਚੇਤਨਾ ਦੇ ਸਕਦਾ ਐ ਪੱਥਰ ਵਿੱਚੋਂ ਸਾਨੂੰ ਕੋਈ ਸਿੱਧਾ ਰਾਹ ਦੱਸ ਸਕਦਾ ਐ ਪੱਥਰ ਵਿੱਚੋਂ ਸਾਡੇ ਲਈ ਇਸ ਕਿਸਮ ਦਾ ਸਾਰਾ ਪ੍ਰਬੰਧ ਕਰ ਸਕਦਾ ਦੇਦਾ ਦੇ ਰਹਿੰਦੇ ਰਖ ਪਾਏ ਜੁਗਾ ਜੁਗੰਤਰ ਖਾਈ ਖਾਈ ਪੱਥਰ ਵਿੱਚੋਂ ਉਹ ਰੂਪ ਉਹਦਾ ਸਾਕਾਰ ਹੋ ਸਕਦਾ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਤੂੰ ਮੇਰਾ ਬੰਦੂ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨਾ ਤਾਈ ਸਭ ਦੀ ਥਾਈ ਤਾਂ ਪੋਕੇ ਹਾ ਕਾੜਾ ਜਿਉ ਰਿਸ਼ਤੇ ਹੈ ਮਨੁੱਖ ਦਾ ਪਰਮਾਤਮਾ ਨਾਲ ਜਿਸ ਮਰਨੇ ਤੇ ਜਗ ਡਰੇ ਮੇਰੇ ਮਾਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮ ਆਨੰਦ ਭਗਤ ਕਬੀਰ ਜੀ ਦੇ ਇਹਨਾਂ ਬਜਨਾ ਤੋਂ ਇੱਕ ਅਹਿਸਾਸ ਹੁੰਦਾ ਹੈ ਕਿ ਜੀਵਨ ਤੇ ਮੌਤ ਵਿੱਚ ਕੋਈ ਅੰਤਰ ਨਹੀਂ ਹੈ ਸਗੋਂ ਪੂਰਨ ਹੋ ਕੇ ਮਨੁੱਖ ਪ੍ਰਮਾਤਮਾ ਦੀ ਬੁਕਲ ਵਿੱਚ ਜਾ ਸਮਾਉਂਦਾ ਹੈ ਇਸ ਕਰਕੇ ਮੌਤ ਤੇ ਜ਼ਿੰਦਗੀ ਨੂੰ ਜ਼ਿੰਦਗੀ ਤੇ ਮੌਤ ਨੂੰ ਦੋਹਾਂ ਨੂੰ ਇੱਕ ਦੂਜੇ ਦੇ ਪੂਰਕ ਸਮਝਣਾ ਚਾਹੀਦਾ ਸਪਲੀਮੈਂਟ ਸਮਝਣਾ ਚਾਹੀਦਾ ਹੈ ਔਰ ਨਾਲ ਨਾਲ ਕੁੱਲ ਜਿਹੜੇ ਸਾਡੇ ਔਗਣ ਨੇ ਗੁਰਬਾਣੀ ਦੇ ਮੁਤਾਬਕ ਉਹਨਾਂ ਨੂੰ ਵਿਚਾਰ ਕੇ ਤੁਰਨਾ ਚਾਹੀਦਾ ਹੈ ਔਰ ਉਹਨਾਂ ਨੂੰ ਧਾਰਨ ਕਰਕੇ ਹੀ ਅਸੀਂ ਬਿਹਤਰ ਮਨੁੱਖ ਬਣ ਸਕਦੇ ਹਾਂ ਜਿਨ੍ਹਾਂ ਵਿੱਚ ਸੇਵਾ ਹੈ ਸੰਗਤ ਹੈ ਪ੍ਰੇਮ ਹੈ ਸਿਮਰਨ ਹੈ ਸਹਜ ਹੈ ਇਹ ਸਾਰੇ ਔਗਣ ਇਹ ਸਾਰੇ ਗੁਣ ਜਦੋਂ ਅਸੀਂ ਧਾਰਨ ਕਰਾਂਗੇ ਤਾਂ ਅਗਣਾਂ ਤੋਂ ਅਸੀਂ ਮੁਕਤੀ ਪ੍ਰਾਪਤ ਕਰ ਸਕਦੇ ਆ ਤੇ ਸੇਵਾ ਨੂੰ ਤਾਂ ਸਿਮਰਨ ਤੋਂ ਵੀ ਗੁਰੂ ਸਾਹਿਬ ਨੇ ਉੱਪਰ ਮੰਨਿਆ ਵੇਣ ਸੇਵਾ ਤ੍ਰਿ ਗੱਥ ਪੈਰ ਹੋਰ ਨੇਫਲ ਕਰਨੀ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗੇ ਬੈਸਣ ਪਾਈ ਹੈ ਤੇ ਪ੍ਰੇਮ ਨੂੰ ਬਹੁਤ ਉੱਚਾ ਦਰਜਾ ਦਿੱਤਾ ਕਿ ਜਨ ਪ੍ਰੇਮ ਕੀਓ ਤਨਹੀਂ ਪ੍ਰਭ ਪਾਇਓ ਇਸ ਕਰਕੇ ਸਿੱਖ ਚਿੰਤਨ ਦੀ ਜੋ ਮਹੰਤਤਾ ਹੈ ਇਸ ਗੱਲ ਵਿੱਚ ਹੈ ਕਿ ਉਹਦੇ ਵਿੱਚ ਉਹਦੇ ਰਾਹੀ ਮਨੁੱਖੀ ਕਿਰਦਾਰ ਦੀ ਗੱਲ ਕੀਤੀ ਗਈ ਆ ਮਨੁੱਖੀ ਜਿਹੜਾ ਜੀਵਨ ਹੈ ਉਸ ਦੀ ਸਾਰਥਕਤਾ ਦੀ ਗੱਲ ਕੀਤੀ ਗਈ ਹੈ ਔਰ ਮਨੁੱਖ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਅੱਖੀਂ ਦੇਖ ਨ ਰੱਜੀਆਂ ਬਹੁ ਰੰਗ ਤਮਾਸ਼ੇ ਉਸਤ ਨਿੰਦਾ ਕਾਨ ਸੁਣ ਰੋਵਣ ਤੇ ਹਾਸੇ ਸਾਦੀ ਸਾਦੀ ਜੀਵ ਨ ਰੱਜਿਆ ਕਰ ਭੋਗ ਬਲਾਸੇ ਨੱਕ ਨ ਰੱਜਾ ਵਾਸ ਲੈ ਦੁਰਗੰਧ ਸੁਆਸੇ ਰਜ ਨ ਕੋਈ ਜੀਵਿਆ ਕੂੜੇ ਪ੍ਰਵਾਸੇ ਤੋਂ ਮਨੁੱਖ ਨੂੰ ਜ਼ਿੰਦਗੀ ਦੀ ਹਕੀਕਤ ਤੇ ਅਕਾਲ ਪੁਰਖ ਦੀ ਹੋਂਦ ਤੇ ਉਸ ਨਾਲ ਜੁੜੇ ਹੋਏ ਕੁੱਲ ਪਸਾਰੇ ਨੂੰ ਸਮਝਣ ਦੀ ਜ਼ਰੂਰਤ ਹੈ ਉਸ ਦੀ ਅਗਵਾਈ ਵਿੱਚ ਉਸ ਦੇ ਇਸ਼ਾਰੇ ਵਿੱਚ ਚੱਲਣਾ ਚਾਹੀਦਾ